ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ੀਅਨ ਸੰਗਰੂਰ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ ਦੇ ਨਵੇਂ ਹਨ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦਿੱਤਾ ਗਿਆ ਬੈਲ ਆਈਕਨ ਵੀ ਪ੍ਰੈਸ ਕਰ ਲੈਣ ਤਾਂ ਜੋ ਉਸ ਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਰਹਿਣ ਵਾਲਾ ਹੈਗਾ ਜੇ ਸਬ ਸਟੇਸ਼ਨ ਅਟੈਂਡੈਂਟ ਸਟੇਸ਼ਨ ਦਾ ਸੀਆਰ 286/15 ਡਾਕੂਮੈਂਟ ਚੈਕਿੰਗ ਡੇਟ ਹੈ ਜਿਹੜੀ 2012 2022 ਜਿਹੜੀ ਸੈਕੰਡ ਲਿਸਟ ਹੈਗੀ ਵੇਟਿੰਗ ਲਿਸਟ ਸੈਕੰਡ ਹੈ ਜਿਹੜੀ ਆਊਟ ਹੋ ਚੁੱਕੀ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਈਟ ਤੇ ਜਾ ਕੇ ਪੀਐਸਪੀਸੀਐਲ ਦੀ ਤੇ ਕਿਹੜੀ ਹੈਗੀ ਜੇਈ ਸਬਸਟੇਸ਼ਨ ਦੀ ਕੀ ਹੈਗੀ ਆਪਣੇ ਕੋਲੇ ਸੀਆਰਏ 286/15 ਦੀ ਲਿਸਟ ਹੈ ਜਿਹੜੀ ਡਾਕੂਮੈਂਟ ਚੈਕਿੰਗ ਦੀ ਕਿੰਨੀ ਡੇਟ ਹੈਗੀ 2012 ਡੇਟ ਹੈ ਜੀ ਡਾਕੂਮੈਂਟ ਚੈਕਿੰਗ ਦੀ ਡੇਟ ਕਿੰਨੀ ਹੈਗੀ 20ਵਾਰਾਂ ਡੇਟ ਹੈਗੀ ਜਿਹੜੀ ਸੈਕੰਡ ਲਿਸਟ ਹੈਗੀ ਉਹ ਆਊਟ ਹੋਈਏਗੀ 待ਿੰਗ ਲਿਸਟ ਫਸਟ ਲਿਸਟ ਹੈ ਜਿਹੜੀ ਉਹ ਵੀ ਆਊਟ ਹੋ ਚੁੱਕੀ ਸੀ ਪਹਿਲਾਂ ਆਪਣੇ ਪਾਈ ਸੀਗੀ ਵੀਡੀਓ 12 ਤਰੀਕ ਸੀ ਉਹਦੀ ਲਾਸਟ ਡਾਕੂਮੈਂਟ ਚੈੱਕ ਦੀ 12 ਤਰੀਕ ਸੀ ਲਾਸਟ ਇਹਨਾਂ ਦੇ ਹੁਣ ਸੈਕੰਡ ਲਿਸਟ ਹੈ ਜਿਹੜੀ ਉਹਦੀ ਕਿੰਨੀ ਡੇਟ ਹੈਗੀ 20 ਡੇਟ ਹੈ ਸੈਕੰਡ ਲਿਸਟ ਆਪਾਂ ਤੁਹਾਨੂੰ ਦਿਖਾ ਦੇਣੀ ਕਿੰਨੇ ਕੈਂਡੀਡੇਟ ਨੇ ਸੈਕੰਡ ਲਿਸਟ ਦੇ ਵਿੱਚ ਕਿਹੜੇ-ਕਿਹੜੇ ਨਾਮ ਨੇ ਠੀਕ ਹੈ ਸਾਰਾ ਆਪਾਂ ਤੁਹਾਨੂੰ ਦਿਖਾ ਦੇਣੀ ਦੇਖ ਸਕਦੇ ਤੁਸੀਂ ਜਿਹੜੀ ਲਿਸਟ ਇਹਨਾਂ ਨੇ ਆਊਟ ਕੀਤੀ ਹੈਗੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਠੀਕ ਹੈ ਲਾਸਟ ਆਫ ਨੈਕਸਟ ウェイਟਿੰਗ ਕੈਂਡੀਡੇਟ ਫਾਰ ਬੀਇੰਗ ਕਾਲਡ ਡਾਕੂਮੈਂਟ ਚੈਕਿੰਗ ਪੋਸਟ ਆਫ ਜੀ ਸਬਸਟੇਸ਼ਨ ਅੰਗੇਜਡ ਸੀਆਰਏ ਜਿਹੜਾ 286/15 286/ ਕਿਹੜੇ ਜੀ 15 ਬੈਨੂ ਜਗ੍ਹਾ ਕਿਹੜੀ ਹੈ ਟਟੀਆਈ ਚ ਟ੍ਰੇਨਿੰਗ ਕੰਪਲੀਟ ਟੈਕਨੀਕਲ ਟ੍ਰੇਨਿੰਗ ਇਨਸਟਿਟਿਊਟ ਜਿਹੜਾ ਕੰਪਲੈਕਸਿਟੀ ਉਹਦੇ ਵਿੱਚ ਸ਼ਕਤੀ ਬਹਿਰ ਪੀਐਸਪੀਸੀਐਲ ਪਟਿਆਲੇ ਵਿਖੇ ਟਾਈਮ ਕਿੰਨੇ ਤੱਕ ਇਹਨਾਂ ਨੇ 12 ਵਜੇ ਦਾ ਹੀ ਟਾਈਮ ਦਿੱਤਾ ਜੀ 12 ਵਜੇ ਤੱਕ ਡਾਕੂਮੈਂਟ ਲੈ ਕੇ ਚੈਕਿੰਗ ਵਾਸਤੇ ਤੇ ਪਹੁੰਚ ਸਕਦੇ ਨੇ ਸਟੂਡੈਂਟ ਜਿਨ੍ਹਾਂ ਦਾ ਵੀ ਨਾਮ ਆਇਆ ਓਕੇ ਜੀ ਆਪਾਂ ਇੱਕ ਮਿੰਟ ਲਿਸਟ ਜੇ ਤੁਸੀਂ ਦੇਖ ਸਕਦੇ ਹੋ ਬਈ 6 ਜਣਾਂ ਦੇ ਨਾਮ ਨੇਗੇ ਠੀਕ ਹੈ 1 2 3 4 5 6 ਠੀਕ ਹੈ 6 ਜਣਾਂ ਦੇ ਕੀ ਨਾਮ ਨੇਗੇ ਨਾਮ ਨੇਗੇ ਅਬਦੁੱਲ ਰਹਿਮਨ ਤੇ ਬਸੀ احمد son of bc ਵਾਲੇ ਨੇ ਬਈ ਸਾਰੇ ਠੀਕ ਹੈ bc ਕੈਟਾਗਰੀ ਦੇ ਵਿੱਚ ਨੇਗੇ 20 ਵਾਰਾਂ ਨੂੰ ਇਹਨਾਂ ਦੀ ਕੀ ਹੈ ਡਾਕੂਮੈਂਟ ਚੈਕਿੰਗ ਦੀ ਡੇਟ ਹੈਗੀ ਨਵਦੀਪ ਕੌਰ ਹਰਪਾਲ ਸਿੰਘ ਸਤਵੀਰ ਸਿੰਘ ਮਨਜੀਤ ਸਿੰਘ ਹਰਮਨਦੀਪ ਸਿੰਘ ਤੇ ਜਗਜੀਤ ਸਿੰਘ ਰਵੀ ਕੁਮਾਰ ਤੇ ਮਹਿੰਦਰਪਾਲ ਹੈਰੀ ਬਾਜਵਾ ਤੇ ਬਲਵਿੰਦਰ ਸਿੰਘ ਨੇ ਜਿਹੜੇ ਡਾਕੂਮੈਂਟ ਚੈਕਿੰਗ ਵਾਸਤੇ ਬੁਲਾਏ ਗਏ ਨੇ 20 ਤਰੀਕ ਨੂੰ ਠੀਕ ਹੈ ਜੀ ਆਪਦੇ ਆਪ ਦੀ ਨਾਮ ਤੇ ਡੇਟਵਾਰਤਾ ਦਾ ਚੈੱਕ ਕਰਕੇ ਡਾਕੂਮੈਂਟ ਲੈ ਕੇ ਆਉ ਦਾ ਪਹੁੰਚੋ ਤੇ ਠੀਕ ਹੈ ਵੀ ਬੜੀ ਵਧੀਆ ਲੱਗੀ ਇਹ ਜਿਹੜੀ ਲਿਸਟ ਆਊਟ ਹੋਈ ਹੈ ਨਾ ਬਹੁਤ ਵਧੀਆ ਗੱਲ ਹੈਗੀ ਚਲੋ ਕਿਹਦੇ ਨਾਮ ਆ ਜੇ ਬੱਚੇ ਦਾ ਠੀਕ ਹੈ ਵੀ ਸਾਰੇ ਜਣੇ ਆਪਦਾ ਚੈੱਕ ਕਰਕੇ ਨਾ ਆਪਦਾ ਡਾਕੂਮੈਂਟ ਚੈੱਕ ਦੇ ਲਈ ਜ਼ਰੂਰ ਪਹੁੰਚੋ